ਦੱਸਦੇ ਨਹੀਂ, ਦੱਸਦੇ ਨਹੀਂ, ਜਿਹੜੇ ਦੱਸਦੇ ਨੇ ਉਹ ਨੇੜੇ ਵੱਸਦੇ ਨੇ। ਸਾਬਰੇ ਅੰਦਰ ਸਾਬਰੀ ਤਨ ਏਵੇ ਜਾ ਲੈਣ, ਹੁਣ ਨਜੀਕ ਖੁਦਾਏ ਦੇ ਭੇਦ ਨਾ ਕਿਸੇ ਦੇਣ। ਉਹ ਭੇਦ ਨਹੀਂ ਦੱਸਦੇ, ਇਸ ਕਰਕੇ ਉਹ ਬੁੱਝੇ ਭੇਦ ਜਿਹੜੇ ਹਨ ਅੰਦਰ ਦੇ, ਉਹ ਗੁਰਬਾਣੀ ਖੋਲਦੀ, ਬੜੇ ਭੇਦ ਗੁਰੂ ਸਾਹਿਬ ਦੱਸਦੇ। ਜਿਵੇਂ ਜਿਵੇਂ ਭਜਨ ਕਰਨ ਵਾਲਾ, ਅਭਿਆਸ ਕਰਨ ਵਾਲਾ ਤੁਰੇਗਾ, ਉਹਨੂੰ ਅੱਗੇ ਅੱਗੇ ਰਾਹ ਮਿਲੇਗਾ। ਕਦੋਂ ਮਿਲਾਪ ਹੋਏਗਾ? ਕਈ ਛੱਡ ਦਿੰਦੇ ਵੀ ਮੈਂ ਇੰਨਾ ਚਿਰ ਚੌਂਕੜਾ ਮਾਰ ਕੇ ਬੈਠਿਆ, ਮੈਨੂੰ ਆਨੰਦ ਨਹੀਂ ਆਇਆ। ਉਹ ਭਾਈ ਸਾਹਿਬ, ਜੇ ਅੱਜ ਤੂੰ ਬੈਠਾ ਹੈ, ਉਹਦੇ ਪਿਆਰ ਚ ਜੁੜਿਆ ਹੈ, ਇਹ ਵੀ ਤੇ ਉਹਦੀ ਕਿਰਪਾ ਹੀ ਹੈ। ਬੜੀ ਦੁਨੀਆ ਹੈ, ਕੋਈ ਕੋਈ ਜੁੜਦਾ ਹੈ। ਜੇ ਉਹਨੇ ਖਿੱਚ ਭੇਜੀ ਹੈ ਤੇ ਕਦੇ ਆਪ ਵੀ ਆਏਗਾ, ਜੇ ਤੜਪ ਭੇਜੀ ਹੈ ਤੇ ਕਦੇ ਆਪ ਵੀ ਆਏਗਾ, ਜੇ ਪ੍ਰੀਤ ਹੈ ਇਹ ਵੀ ਤੇ ਉਹਦੀ ਦਾਤ ਹੈ। ਜੇ ਗੁਰੂ ਨਾਲ ਪ੍ਰੇਮ ਪਿਆ, ਤੂੰ ਸਵੇਰੇ ਉੱਠ ਕੇ 5 ਮਿੰਟ 10 ਮਿੰਟ ਬਹਿੰਦਾ ਹੈ ਤੇ ਕਹਿੰਦਾ ਵੀ ਕਿਰਪਾ ਨਹੀਂ ਹੋਈ, ਰਸ ਨਹੀਂ ਆਇਆ, ਬਹਿ ਗਿਆ, ਇਹ ਵੀ ਤੇ ਉਹਦੀ ਬਖਸ਼ਿਸ਼ ਹੈ, ਕਿਰਪਾ ਹੈ। ਅੰਦਰ ਉਹਨੇ ਖਿੱਚ ਦਿੱਤੀ, 5 ਮਿੰਟ 10 ਮਿੰਟ ਬਹਿਣਾ ਵੀ ਕੋਈ ਆ ਕਲਯੁਗ ਦੇ ਸਮੇਂ ਵਿੱਚ ਇਹ ਕੋਈ ਸੌਖਾ ਨਹੀਂ। ਮਹਾਰਾਜ ਸਾਹਿਬ ਕਹਿੰਦੇ ਨੇ, ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ, ਇਸ ਸਮੇਂ ਚ ਜਿਹਨੂੰ ਨਾਮ ਦਾ ਰੰਗ ਚੜਿਆ ਹੈ, ਸੋ ਕਹੀਅਤ ਹੈ ਸੂਰਾ, ਆਤਮ ਜਿਹਨੇ ਸਗਲ ਵਸਤਾ ਕਹਿ ਜਾਕਾ ਸਤਿਗੁਰ ਪੂਰਾ। ਜਿਹਨੂੰ ਕਲਯੁਗ ਦੇ ਵਿੱਚ ਨਾਮ ਦਾ ਰੰਗ ਚੜਿਆ ਨਾ, ਉਹਦੇ ਨਾਲੋਂ ਵੱਡਾ ਸੂਰਮਾ ਕੋਈ ਨਹੀਂ ਦੁਨੀਆਂ ਚ। ਮੈਦਾਨੇ ਜੰਗਾਂ ਚ ਤਲਵਾਰ ਚਲਾਈ ਜਿਹਨਾਂ ਨੇ, ਖੰਡੇ ਖੜਕਾਏ ਅਸੀਂ ਕਹਿੰਦੇ ਹਾਂ ਸੂਰਮੇ ਨੇ, ਪਰ ਮਹਾਰਾਜ ਸਾਹਿਬ ਕਹਿੰਦੇ ਨੇ ਜਿਹੜਾ ਆਤਮਕ ਜੇਤੂ ਹੈ ਅਸਲੀ ਸੂਰਮਾ ਉਹ ਹੈ, ਜਿਹੜਾ ਪੰਜਾਂ ਤੇ ਵਕਾਰਾਂ ਤੇ ਪੰਜਾਂ ਚੋਰਾਂ ਤੇ ਫਤਿਹ ਪਾ ਲਵੇ, ਮੋਰਚੇ ਜਿੱਤ ਲਵੇ, ਉਹ ਹੈ ਅਸਲੀ ਸੂਰਮਾ। ਕਲਯੁਗ ਵਿੱਚ ਜਿਹਨੂੰ ਨਾਮ ਦਾ ਰੰਗ ਚੜਿਆ ਉਹ ਵੱਡਾ ਸੂਰਮਾ ਹੈ। ਤੇ ਯਾਦ ਰੱਖਣਾ ਗੁਰਮੁਖੋ, ਤਲਵਾਰਾਂ ਵਾਹੁਣ ਵਾਲੇ ਵੀ ਇਬਾਦਤਾਂ ਵਾਲੇ ਸਨ। ਇਬਾਦਤਾਂ ਬਿਨਾਂ ਸ਼ਹਾਦਤਾਂ ਨਹੀਂ ਹੁੰਦੀਆਂ, ਬੰਦਗੀ ਬਿਨਾਂ ਕੁਰਬਾਨੀ ਨਹੀਂ ਹੁੰਦੀ। 13 ਸਿੰਘ ਸਨ 78 ਵਿੱਚ ਅਖੰਡ ਕੀਰਤਨੀ ਜਥੇ ਦੇ ਸ਼ਹੀਦ ਹੋਏ ਸਨ, ਉਹ 13 ਦੇ 13 ਬੜੇ ਅਭਿਆਸੀ ਸਨ। ਸ਼ੁਰੂ ਵਿੱਚ ਜਿਹੜੀ ਸ਼ਹੀਦੀ ਹੋਈ ਸਨ 78 ਵਿੱਚ, ਨਿਰੰਕਾਰੀਆ ਗੁਰਬਚਨਾ ਮਾਰਿਆ, ਜਦੋਂ ਇਹਨਾਂ ਦਾ ਗੁਰੂ ਸੀ ਜਿਹੜਾ, ਉਹ ਕਹਿੰਦਾ ਹੁੰਦਾ ਸੀ ਗੁਰਬਚਨ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ, ਨਾਨਕ ਦਾਸ ਨਹੀਂ ਸੀ ਕਹਿੰਦਾ। ਤੇ ਗੁਰੂ ਗ੍ਰੰਥ ਸਾਹਿਬ ਦਾ ਸਰਾਣਾ ਤੱਕ ਵੀ ਲਾਣ ਦੀ ਹਿੰਮਤ ਕੀਤੀ ਸੀ ਉਹਨੇ, ਹੈ ਕੋਈ ਸਿੱਖ? ਤੇ ਉਹਨੂੰ ਸਿੰਘਾਂ ਨੇ ਰੋਕਿਆ ਅੰਮ੍ਰਿਤਸਰ ਚ ਗੁਰੂ ਰਾਮਦਾਸ ਦੇ ਘਰ ਚ ਆ ਕੇ, ਇੱਥੇ ਆ ਕੇ ਤੂੰ ਆਪਣਾ ਨਗਰ ਕੀਰਤਨ ਜਿਵੇਂ ਕਰਨੇ ਆਪਾਂ ਇੱਦਾਂ ਉਹਨੇ ਕਰਨਾ ਸੀ। ਤੇ ਸਿੰਘ ਕਾਇਮ ਹੋ ਗਏ, 13 ਸਿੰਘਾਂ ਨੇ ਜਾ ਕੇ ਰੋਕਿਆ, ਉਹਨਾਂ ਨੇ ਨਿਹੱਥੇ ਸਿੰਘਾਂ ਤੇ ਗੋਲੀਆਂ ਚਲਾ ਦਿੱਤੀਆਂ, ਸ਼ਹੀਦ ਕਰ ਦਿੱਤੇ। ਇੱਥੋਂ ਹੀ ਇਸੇ ਰੋਸ ਵਿੱਚ ਹੀ ਫਿਰ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਮੋਰਚੇ ਲਾਏ, ਇਸੇ ਰੋਸ ਵਿੱਚ ਵੀ ਉਹਨੇ 13.5 ਸਿੰਘ ਸ਼ਹੀਦ ਕਰ ਦਿੱਤੇ ਆ, ਤੇ ਉਹਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ, ਸਜ਼ਾ ਸਰਕਾਰ ਨੇ ਨਹੀਂ ਦਿੱਤੀ, ਫਿਰ ਸੱਚੀ ਸਰਕਾਰ ਨੇ ਦਿੱਤੀ ਗੁਰਮੁਖ। ਸੱਚੀ ਸਰਕਾਰ ਨੇ ਸਜ਼ਾ ਦਿੱਤੀ, ਜਿਹਾ ਬੀਜਾ ਸੋ ਲੋਣਾ ਕਰਮਾ ਸੰਧੜਾ ਖੇਤ, 5-6 ਏਕੜ ਵਿੱਚ ਪੰਡਾਲ ਇਹਨਾਂ ਨੇ ਲਾਇਆ ਤੇ ਪੂਰਾ ਭਰਿਆ ਹੋਇਆ। ਜਿਹੜੇ ਪਿਆਰ ਵਾਲੇ ਨੇ ਉਹਨਾਂ ਦੇ ਮਨ ਗਦਗਦ ਹੋ ਗਏ ਹੋਣਗੇ,
ਤੇ ਜਿਹੜੇ ਈਰਖਾ ਕਰਨ ਵਾਲੇ ਨੇ ਉਹ ਬਸ ਬੈਠੇ ਹੋਣਗੇ, ਵਾਹ ਹੀ ਨਹੀਂ ਚੱਲਦੀ ਕੋਈ ਉਹਨਾਂ ਦੀ। ਪਰ ਜਿਹੜੇ ਪਿਆਰ ਵਾਲੇ ਨੇ ਉਹ ਤੇ ਖੁਸ਼, ਸ਼ੁਕਰ ਹੈ ਸੱਚੇ ਪਾਤਸ਼ਾਹ ਤੇਰਾ ਇੱਡਾ ਪਰਿਵਾਰ ਮਹਾਰਾਜ ਦੇ ਚਰਨਾਂ 'ਚ ਜੁੜਿਆ ਬੈਠਾ। ਬੜੇ ਸਮਾਗਮ ਜੰਮੂ ਵਿੱਚ ਹੁੰਦੇ ਹੋਣਗੇ, ਬੜੇ ਕਰਦੇ ਹੋ, ਹਿੰਦੂ ਮਹਾਤਮਾ ਵੀ ਆਉਂਦੇ ਨੇ, ਉਹਨਾਂ ਦੇ ਗੁਰੂ ਵੀ ਆਉਂਦੇ ਨੇ, ਕੋਈ ਸਵਾਮੀ ਕੋਈ ਆਚਾਰੀ ਆ, ਬਹੁਤ ਸਾਰੇ ਹਨ। ਪਰ ਸਾਨੂੰ ਵੀ ਸਿੱਖਾਂ ਨੂੰ ਮਾਣ ਹੋਵੇ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਆਉਂਦੇ ਨੇ, ਤਿਲ ਸੁੱਟਣ ਨੂੰ ਥਾਂ ਨਹੀਂ ਹੁੰਦਾ, ਅਸੀਂ ਵੀ ਇਕੱਠੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਏ, ਇੰਨੀ ਸੰਗਤ ਜੁੜੀ। ਸਤਿਗੁਰੂ ਬੜੇ ਵੱਡੇ ਨੇ ਤੇ ਸੱਚ ਹੈ, ਐਡੇ ਐਡੇ ਵੱਡੇ ਪੰਡਾਲਾਂ ਚ ਬੈਠੇ ਹੀ ਫੱਬਦੇ ਨੇ, ਸੋਹਣੇ ਲੱਗਦੇ ਨੇ। ਏਦਾਂ ਹੀ ਹਜ਼ਾਰਾਂ ਲੱਖਾਂ ਸੰਗਤਾਂ ਮਹਾਰਾਜ ਦੇ ਚਰਨਾਂ ਚ ਜੁੜਨ, ਜਿੱਥੇ ਸਾਡੇ ਸਤਿਗੁਰੂ ਦਾ ਪ੍ਰਕਾਸ਼ ਹੋਵੇ। ਸੋ ਧਿਆਨ ਦੇਣਾ ਸਾਧ ਸੰਗਤ, ਮੈਂ ਜਿਹੜੀ ਅਰਜ਼ ਕੀਤੀ ਹੈ ਕਿ ਇਬਾਦਤ ਹੋਵੇ ਤੇ ਸ਼ਹਾਦਤ ਹੁੰਦੀ, ਬੰਦਗੀ ਹੋਵੇ ਤੇ ਕੁਰਬਾਨੀ ਹੁੰਦੀ ਹੈ। ਜਿਹੜੇ ਕੇਵਲ ਲੈਕਚਰ ਦੇਣ ਵਾਲੇ ਆ, ਜਿਹੜੇ ਕੇਵਲ ਧਰਮ ਦੇ ਵਿਸ਼ੇ ਤੇ ਬੋਲਣ ਵਾਲੇ ਆ, ਖੁਦ ਕੋਲ ਇਬਾਦਤ ਨਹੀਂ। ਜਦੋਂ ਧਰਮ ਤੇ ਕੋਈ ਐਸਾ ਸਮਾਂ ਆ ਗਿਆ ਸ਼ਹਾਦਤ ਨਹੀਂ ਦੇਣ ਲੱਗੇ, ਸ਼ਹਾਦਤਾਂ ਉਹਨਾਂ ਹੀ ਦੇਣੀਆਂ ਨੇ ਜਿਹੜੇ ਸਵੇਰੇ ਚੌਂਕੜਾ ਮਾਰ ਕੇ ਬਹਿੰਦੇ ਨੇ। ਇਹ ਜਜ਼ਬਾ ਉਹਨਾਂ 'ਚ ਹੀ ਹੈ, ਅਭਿਆਸੀਆਂ 'ਚ। ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਹੀ ਨਹੀਂ ਜਿਨ੍ਹਾਂ ਦਾ, ਉਹ ਗੁਰੂ ਗ੍ਰੰਥ ਸਾਹਿਬ ਤੋਂ ਜਾਣ ਕਿਵੇਂ ਵਾਰ ਦੇਣਗੇ, ਜਿਨ੍ਹਾਂ ਨੂੰ ਪਛਾਣ ਹੀ ਨਹੀਂ। ਭਾਈ ਲਛਮਣ ਸਿੰਘ ਧਾਰੋਵਾਲ ਨੇ ਨਨਕਾਣਾ ਸਾਹਿਬ ਦਾ ਸਾਕਾ ਵੇਖੋ ਜਦੋਂ ਹੋਇਆ, ਲਛਮਣ ਸਿੰਘ ਧਾਰੋਵਾਲ ਨੇ ਨਰੈਣੂ ਮਹੰਤ ਦਿਆਂ ਬੰਦਿਆਂ ਨੇ ਗੋਲੀਆਂ ਚਲਵਾਈਆਂ, ਗੁਰੂ ਗ੍ਰੰਥ ਸਾਹਿਬ ਨੂੰ ਜੱਫਾ ਮਾਰ ਲਿਆ ਸੀ, ਇੱਦਾਂ ਉੱਪਰੋਂ ਹੱਥ ਪਾ ਲਏ ਸੀ, ਉਹ ਪਾਪੀ ਉਹ ਗੁਰੂ ਗ੍ਰੰਥ ਸਾਹਿਬ ਨੂੰ ਤੇ ਬਖਸ਼ ਦਿਓ। 5000 acres ਜ਼ਮੀਨ ਸੀ ਨਨਕਾਣਾ ਸਾਹਿਬ ਦੇ ਗੁਰਦੁਆਰੇ ਦੇ ਨਾਲ, 5000 acres ਤੇ ਮਹਾਰਾਜੇ ਰਣਜੀਤ ਸਿੰਘ ਨੇ ਲਵਾਈ, ਇਕੱਲੇ ਨਨਕਾਣਾ ਸਾਹਿਬ ਨਹੀਂ ਲਵਾਈ, ਉਹਨੇ ਬੜੇ ਗੁਰਦੁਆਰਿਆਂ ਦੇ ਨਾਂ, ਮੰਦਰਾਂ ਦੇ ਨਾਂ, ਮਸੀਤਾਂ ਦੇ ਨਾਂ ਵੀ ਜ਼ਮੀਨ ਲਵਾਈ। ਕਿਸੇ ਨੇ ਆਖਿਆ ਮਹਾਰਾਜਾ ਰਣਜੀਤ ਸਿੰਘ ਜੀ ਇੰਨੀ ਜ਼ਮੀਨ ਕਿਉਂ? ਤੇ ਮਹਾਰਾਜੇ ਨੇ ਆਖਿਆ ਜਿਹੜੇ ਪ੍ਰਚਾਰਕ ਨੇ, ਮਹੰਤ ਨੇ, ਜਿਹੜੇ ਧਰਮ ਦਾ ਪ੍ਰਚਾਰ ਕਰਨ ਵਾਲੇ ਨੇ, ਉਹਨਾਂ ਕੋਲ ਇੰਨੀ ਕੁ ਮਾਇਆ ਜ਼ਰੂਰ ਹੋਣੀ ਚਾਹੀਦੀ ਹੈ ਵੀ ਸੱਚ ਕਹਿਣ ਦੀ ਜ਼ੁਰਤ ਹੋਵੇ, ਰੋਟੀਆਂ ਕਾਰਨ ਪੂਰਾ ਤਾਲ ਵਾਲੀ ਗੱਲ ਨਾ ਹੋਵੇ। ਮਾਇਆ ਪਿੱਛੇ ਜਿਹਨੇ 100 rupees ਦੇ ਦਿੱਤਾ ਉਹਦੀ ਸੋਭਾ ਕਰਤੀ, ਜਿਹਨੇ ਨਾਂ ਦਿੱਤੇ ਉਹਦੇ ਬਾਰੇ ਚੁੱਪ ਕਰ ਗਏ, ਇਦਾਂ ਦੇ ਪ੍ਰਚਾਰਕ ਨਾ ਹੋਣ। ਜੇ ਉਹਨਾਂ ਦੇ ਕੋਲ ਜ਼ਮੀਨ ਹੋਏਗੀ, ਉਹਨਾਂ ਕੋਲ ਮਾਇਆ ਹੋਏਗੀ ਤੇ ਸੱਚ ਨੂੰ ਸੱਚ ਕਹਿ ਸਕਣਗੇ। ਧਿਆਨ ਦੇਣਾ, ਪ੍ਰਚਾਰਕਾਂ ਵਾਸਤੇ ਇਹ ਕਿਹਾ ਵੀ ਜਿਹੜਾ ਨਨਕਾਣਾ ਸਾਹਿਬ ਦਾ ਸੇਵਾਦਾਰ ਉਹਦੀ ਜ਼ਮੀਨ, ਇਦੂ ਬਾਅਦ ਜਿਹੜਾ ਮਹੰਤ ਆਏਗਾ ਫਿਰ ਉਹਦਾ ਕਬਜ਼ਾ, ਵਾਹਵੇ ਜ਼ਮੀਨ ਵਾਹੇ, ਬਜਾਈਆਂ ਕਰੇ, ਫਸਲਾਂ ਪੈਦਾ ਕਰੇ, ਰੱਜ ਕੇ ਖਾਏ ਤੇ ਰੱਜ ਕੇ ਕੌਮ ਦਾ ਪ੍ਰਚਾਰ ਕਰੇ, ਡਟ ਕੇ ਪ੍ਰਚਾਰ ਕਰੇ, ਇੰਨੀ ਕੁ ਸਹੂਲਤ ਹੋਵੇ, ਮਾੜੇ ਮਾੜੇ ਗੱਲ ਪਿੱਛੇ ਲੋਕਾਂ ਤੋਂ ਮੰਗਦਾ ਨਾ ਫਿਰੇ। ਇਸ ਕਰਕੇ ਮਹਾਰਾਜੇ ਨੇ ਜ਼ਮੀਨਾਂ ਲਵਾਈਆਂ ਸੀ। ਪਰ ਗੱਲ ਉਲਟ ਹੋ ਗਈ, ਜਦੋਂ ਮਾਇਆ ਬਹੁਤੀ ਆ ਗਈ ਤੇ ਮਹੰਤਾਂ ਦੀ ਮੱਤ ਮਾਰੀ ਗਈ, ਉਹਨਾਂ ਨੇ ਪ੍ਰਚਾਰ ਕੀ ਕਰਨਾ ਸੀ, ਲਾਲਚੀ ਹੋ ਗਏ ਤੇ ਸਰੋਵਰ ਵਿੱਚ ਠੰਡੀਆਂ ਕਰ ਕਰ ਸ਼ਰਾਬ ਵਾਲੀਆਂ ਬੋਤਲਾਂ ਪੀਣ ਲੱਗ ਪਏ, ਇੰਨਾ ਜੀਵਨ ਗਿਰ ਗਿਆ।
ਫਿਰ ਖਾਲਸੇ ਨੇ ਸੋਧਾ ਲਾਇਆ, ਉਹਨਾਂ ਨੂੰ ਕੱਢਿਆ ਤੇ ਭਾਈ ਲਛਮਣ ਸਿੰਘ ਧਾਰੋਵਾਲ ਜਥੇਦਾਰ ਸੀ ਜਦੋਂ ਸਿੰਘ ਸ਼ਹੀਦ ਹੋਇਆ, ਨਨਕਾਣਾ ਸਾਹਿਬ ਦਾ ਸਾਕਾ ਹੋਇਆ, ਅੱਗੇ ਲੱਗ ਕੇ ਆਇਆ ਸੀ ਗੁਰੂ ਕੋਲ, ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਸੀ, ਜਾਨ ਵਾਰੀ ਜੰਡ ਨਾਲ ਬੰਨ ਕੇ ਸਾੜੇ ਗਏ ਜਿਉਂਦੇ ਸਿੰਘ, ਪਰ ਪਿਆਰ ਵਾਲੇ ਹੀ ਜਾਨਾਂ ਵਾਰਨਗੇ ਦੂਜੇ ਨੇ ਨਹੀਂ, ਜਿਹਨੂੰ ਪਛਾਣ ਹੀ ਨਹੀਂ ਸਤਿਗੁਰੂ ਕੌਣ ਨੇ ਉਹਨੇ ਕੀ ਜਾਨ ਵਾਰਨੀ। ਹਮੇਸ਼ਾ ਆਬਾਦਤਾਂ ਵਾਲੇ ਸ਼ਹਾਦਤਾਂ ਪ੍ਰਾਪਤ ਕਰਦੇ ਆ, ਤੇ ਗੁਰਮੁਖੋ ਅੱਜ ਦੇ ਸਮੇਂ ਵਿੱਚ ਜਿਹੜਾ ਚੌਂਕੜਾ ਮਾਰ ਕੇ ਸਵੇਰੇ ਉੱਠ ਕੇ ਬਹਿ ਜਾਂਦਾ ਹੈ ਉਹ ਬੜਾ ਵੱਡਾ ਸੂਰਮਾ ਗਿਣੀਏ। ਸਤਿਗੁਰੂ ਕਹਿੰਦੇ ਨੇ ਉਹ ਸੂਰਮਾ ਹੈ ਜਿਹੜਾ ਉੱਠ ਬਹਿੰਦਾ, ਜਿਹੜਾ ਪਾਠ ਕਰਦਾ ਹੈ, ਨਿਤਨੇਮ ਕਰਦਾ ਹੈ, ਸਿਮਰਨ ਕਰਦਾ ਹੈ, ਜਿਹਨੂੰ ਰੰਗ ਚੜਿਆ ਹੋਇਆ ਸੇਵਾ ਦਾ, ਭੱਜ ਭੱਜ ਸੇਵਾ ਕਰੇ, ਸਤਸੰਗਤ ਵਿੱਚ ਬੈਠੇ, ਉਹ ਸੂਰਮਾ ਹੈ। ਕਿਉਂਕਿ ਕਲਯੁਗ ਦੇ ਸਮੇਂ ਵਿੱਚ ਬਹਿਣਾ ਬੜਾ ਔਖਾ ਹੈ, ਕੱਲ ਤਾਤੀ ਤੱਤੀਆਂ ਹਵਾਵਾਂ ਵਿੱਚ ਵਗਦਾ ਹੈ, ਠੰਡਾ ਹਰ ਨਾਉ ਠੰਡ ਤੇ ਹੈ ਹੀ ਸਤਿਗੁਰੂ ਸਾਹਿਬ ਜੀ ਦੇ ਨਾਮ ਵਿੱਚ, ਭਜਨ ਵਿੱਚ ਠੰਡ ਹੈ, ਹੋਰ ਤੇ ਠੰਡ ਹੈ ਹੀ ਨਹੀਂ ਕਿਤੇ। ਮੈਂ ਪਿਛਲੇ ਦੀਵਾਨ ਚ ਵੀ ਅਰਜ ਕੀਤੀ ਸੀ, ਨਹਿ ਸੀਤਲੰਗ ਚੰਦਰ ਦੇਵ ਹੈ, ਨਹਿ ਸੀਤਲੰਗ ਬਾਵਨ ਚੰਦਨ ਹੈ, ਨਹਿ ਸੀਤਲੰਗ ਸੀਤੁਰ ਤੇਮ, ਨਾਨਕ ਸੀਤਲੰਗ ਸਾਧ ਸਮਝਣ ਹੈ। ਠੰਡ ਤੇ ਹੈ ਹੀ ਸਾਧਨਾ ਵਿੱਚ ਭਜਨ ਕਰਨ ਵਾਲਿਆਂ ਦੀ ਸੰਗਤ ਵਿੱਚ। ਤੇ ਆਪਾਂ ਇੱਕ ਬਚਨ ਪੜ੍ਹਿਆ ਸਭ ਤੋਂ ਪਹਿਲਾਂ, ਮੇਰੇ ਤੋਂ ਪਹਿਲਾਂ ਸੁਣ ਵੀ ਰਹੇ ਸੋ, ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਐ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਕੋਈ ਬੰਦਾ ਅੱਤ ਦਾ ਸੋਹਣਾ ਹੋਵੇ, ਅੱਤ ਦਾ ਸੋਹਣਾ ਹੋਵੇ ਕੋਈ, ਅੱਤ ਸੁੰਦਰ ਕੁਲੀਨ ਉੱਚੀ ਕੁਲ ਵਿੱਚ ਜਨਮ ਲਿਆ ਹੋਵੇ, ਭਾਵੇਂ ਦੁਨੀਆਂ ਦੀਆਂ ਬਣਾਈਆਂ ਹੋਈਆਂ ਨੇ ਜਾਤਾਂ ਕੁਲਾਂ ਸਾਰਾ ਕੁਝ, ਦੁਨੀਆਂ ਦੀਆਂ ਬਣਾਈਆਂ ਕੁਲਾਂ ਮੁਤਾਬਕ ਜਾਤਾਂ ਮੁਤਾਬਕ ਉੱਚੀ ਕੁਲ ਚ ਜਨਮ ਹੋਵੇ, ਬਾਹਮਣਾ ਘਰ ਜੰਮ ਪਵੇ, ਸਾਰਿਆਂ ਤੋਂ ਉੱਪਰ ਪੈਦਾ ਹੋਵੇ, ਅੱਤ ਸੁੰਦਰ ਅੱਤ ਦਾ ਸੋਹਣਾ ਹੋਵੇ, ਉੱਚੀ ਕੁਲ ਚ ਜਨਮ ਲਵੇ,